ਜਿੱਦਣ ਦੀ ਉਹ ਪਾਰਕਿੰਗ ਦੀ ਇਹਨਾਂ ਨੇ ਇੱਕ ਪ੍ਰਾਈਵੇਟ ਠੇਕਾ ਦਿੱਤਾ ਨਗਰ ਨਿਗਮ ਨੇ, ਉਦਣ ਦੀ ਉਹ ਲੋਕਾਂ ਲਈ ਆਫਤ ਬਣ ਗਈ ਹੈ। ਪਾਰਕਿੰਗ ਤਾਂ ਸਾਰੇ ਸ਼ਹਿਰਾਂ 'ਚ ਆ, ਜਿਹੜੀ ਬਠਿੰਡਾ ਦੀ ਪਾਰਕਿੰਗ ਆ ਇਹਦਾ ਵਿਵਾਦ ਇਹ, ਕਿਉਂ ਉਹ ਠੇਕੇਦਾਰ ਨੇ ਠੇਕਾ ਲਿਆ ਵਾ, ਉਹਦੀ ਜ਼ਿੰਮੇਵਾਰੀ ਬਣਦੀ ਆ ਵੀ ਬਾਜ਼ਾਰ 'ਚ ਗੱਡੀ ਨਾ ਲਾਈ ਜਾਵੇ ਅਤੇ ਪਾਰਕਿੰਗ 'ਚ ਲਾਈ ਜਾਵੇ, ਫਿਰ ਵਿਵਾਦ ਕਿਉਂ ਬਣਦਾ? ਉਹਨਾਂ ਦੇ ਹੱਥ ਦੇ ਵਿੱਚ ਵੀਲ ਲੋਕ ਹੁੰਦੇ ਆ ਜਿਹੜੇ, ਉਹ ਆ ਪਿੱਛੇ ਜੀ ਐਂ ਲੁਕੋ ਕੇ ਰੱਖਦੇ ਥੋੜ੍ਹਾ ਜਿਹਾ, ਜਿਵੇਂ ਕੋਈ ਬੰਦਾ ਕਾਰ ਸਲੋਅ ਕਰਨ ਲੱਗਦਾ ਹੈਗਾ ਇਹ ਜਾ ਕੇ ਉਹਦੇ ਵੀਲ ਲੋਕ ਲਗਾ ਦਿੰਦੇ ਆ। ਮੇਰੇ ਨਾਲ ਲੁੱਟ ਹੋ ਗਈ ਸਰਿਆਮ, ਮੈਂ ਤੁਹਾਡੇ ਬਾਜ਼ਾਰ ਦੇ ਵਿੱਚ ਆਇਆ ਸੀ, ਅੱਗੇ ਤੋਂ ਮੈਂ ਤੁਹਾਡੇ ਬਾਜ਼ਾਰ 'ਚ ਨਹੀਂ ਵੜਦਾ, ਤੁਸੀਂ ਮੇਰਾ ਸਾਥ ਹੀ ਨਹੀਂ ਦਿੱਤਾ। ਕਾਰਾਂ ਤੋਂ ਇਲਾਵਾ ਇਹਨਾਂ ਨੂੰ ਹੋਰ ਕੁਛ ਨਹੀਂ ਦਿਖਦਾ, ਕੋਈ ਕਮਰਸ਼ੀਅਲ ਵਹੀਕਲ ਨਹੀਂ ਚੱਕਦੇ, ਕੋਈ ਜੀਪ ਨਹੀਂ ਚੱਕਦੇ, ਕੋਈ ਹੋਰ ਵਹੀਕਲ ਨਹੀਂ ਚੱਕਦੇ, ਉਹ ਸੜਕ ਦੇ ਵਿਚਾਲੇ ਖੜ੍ਹਾ ਖੜ੍ਹਾ, ਟਰੱਕ ਖੜ੍ਹਾ ਖੜ੍ਹਾ। ਕਹਿੰਦਾ ਯਾਰ ਵੀ ਇੱਥੇ 10 ਗੱਡੀਆਂ ਖੜੀਆਂ ਸੀ, ਮੇਰੀ ਖੜ ਗਈ ਤਾਂ ਕਿੱਡੀ ਕੁ ਗੱਲ ਹੋ ਗਈ, ਸਾਰੀਆਂ ਚੱਕੋ। ਉਹ ਕਹਿੰਦੇ ਨਹੀਂ ਜੀ ਇਹ ਤਾਂ ਪਾਸ ਵਾਲੀਆਂ। ਕਹਿੰਦਾ ਤੁਸੀਂ ਕਿੱਥੇ ਲਿਖ ਕੇ ਲਾਇਆ? 15 ਅਗਸਤ ਨੂੰ ਆਜ਼ਾਦੀ ਦਿਵਸ ਹੈ ਔਰ ਅਸੀਂ ਆਪਣੀ ਦੁਕਾਨ 'ਤੇ ਬਹਿਣ ਜੋਗੇ ਨਹੀਂ ਹੈਗੇ, ਤਾਂ ਇਸ ਤੋਂ ਬਾਅਦ ਸਾਡੇ ਨਾਲ ਧੱਕਾ ਕੀ ਹੋਊਗਾ? ਸ਼ਹਿਰ ਜਿਹੜਾ ਠੇਕੇ 'ਤੇ ਦੇ ਰੱਖਿਆ, ਕਹਿਣ ਨੂੰ ਤਾਂ ਪਾਰਕਿੰਗ ਹੈ, ਵੈਸੇ ਸ਼ਹਿਰ ਸਾਰਾ ਠੇਕੇ 'ਤੇ ਹੈ, ਤਾਂ ਤੁਹਾਡੇ ਕੋਲ ਸਪੈਸ਼ਲ ਕਹਿਣ ਆਉਂਦੇ ਹੈ ਵੀ ਟੈਨਸ਼ਨ ਨਾ ਲਓ ਜੀ, ਅਗਲਾ ਆਇਆ ਤਾਂ ਪਰਚੀ ਦਿਖਾ ਦਿਓ ਜੀ, ਤੁਸੀਂ ਖੜ੍ਹੇ ਰਹੋ ਚਾਹੇ 2 ਘੰਟੇ ਖੜ੍ਹੇ ਰਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਅਤੇ ਮੈਂ ਹਰਸ਼ਪਾਲ ਸਿੰਘ। ਮਲਟੀ ਲੈਵਲ ਪਾਰਕਿੰਗ ਦਾ ਵਿਵਾਦ ਵੱਧਦਾ ਹੀ ਨਜ਼ਰ ਆ ਰਿਹਾ, ਲਗਾਤਾਰ ਵਪਾਰੀ ਵਰਗ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਅਤੇ 15 ਅਗਸਤ ਨੂੰ ਹੁਣ ਬੰਦ ਕਰਨ ਦਾ ਵੀ ਅਲਟੀਮੇਟਮ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਲਗਾਤਾਰ ਜਿਹੜੀ ਇਹ ਕਾਰ ਪਾਰਕਿੰਗ ਦੇ ਠੇਕੇਦਾਰ ਵੱਲੋਂ ਲੁੱਟ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਪਰੇਸ਼ਾਨ ਕੀਤਾ ਜਾ ਰਿਹਾ। ਸੋਨੂ ਮਹੇਸ਼ਵਰੀ ਸਮਾਜ ਸੇਵੀ ਨੇ ਸਾਡੇ ਨਾਲ, ਉਹਨਾਂ ਨਾਲ ਗੱਲਬਾਤ ਕਰਦੇ ਕਿਉਂਕਿ ਵਪਾਰੀਆਂ ਵੱਲੋਂ ਮੀਟਿੰਗ ਵੀ ਕੀਤੀ ਗਈ ਸੀ ਜਿਹੜਾ 15 ਅਗਸਤ ਨੂੰ ਬੰਦ ਕਰਨ ਦਾ। ਸਤਿ ਸ਼੍ਰੀ ਅਕਾਲ ਸੋਨੂ। ਸਤਿ ਸ਼੍ਰੀ ਅਕਾਲ ਸਰ ਜੀ। ਐਕਚੁਅਲ 'ਚ ਮਾਮਲਾ ਹੈ ਕੀ ਆ ਜਿਹੜਾ ਹੈ ਪਾਰਕਿੰਗ ਦਾ, ਜਿਹੜੀ ਐਡੇ ਵੱਡੇ ਅਤੇ ਵਪਾਰੀ ਵਰਗ ਨੇ ਇਕੱਠੇ ਹੋ ਕੇ 15 ਅਗਸਤ ਨੂੰ ਬੰਦ ਕਰਨ ਦਾ ਅਲਟੀਮੇਟਮ ਦਿੱਤਾ? ਜੀ, ਬਠਿੰਡਾ ਦੇ ਮਾਲ ਰੋਡ ਦੇ ਉੱਤੇ ਗੌਰਮੈਂਟ ਪ੍ਰਾਈਮਰੀ ਸਕੂਲ ਹੁੰਦਾ ਸੀ ਜਿੱਥੇ ਸਾਡੀਆਂ ਬੱਚੀਆਂ ਫ੍ਰੀ ਪੜ੍ਹਦੀਆਂ ਸੀਗੀਆਂ, ਉਹ ਉੱਥੇ ਪ੍ਰਪੋਜ਼ਲ ਆਇਆ ਵੀ ਸ਼ਹਿਰ ਦੇ ਵਿੱਚ ਫੈਸਟੀਵਲ ਸੀਜ਼ਨ ਦੇ ਵਿੱਚ ਨਾ ਪਾਰਕਿੰਗ ਨੂੰ ਲੈ ਕੇ ਬੜੀ ਸਮੱਸਿਆ ਹੋ ਜਾਂਦੀ ਹੈ ਅਤੇ ਗੱਡੀਆਂ ਖੜਾਉਣ ਨੂੰ, ਕਾਰਾਂ ਵਗੈਰਾ ਖੜਾਉਣ ਵਾਸਤੇ ਥਾਂ ਨਹੀਂ ਹੁੰਦੀ, ਅਤੇ ਉਦੋਂ ਇੱਕ ਮਲਟੀ ਲੈਵਲ ਕਾਰ ਪਾਰਕਿੰਗ ਬਣਾਉਣ ਵਾਸਤੇ ਉਸ ਪ੍ਰਪੋਜ਼ਲ ਨੂੰ ਪਾਸ ਕਰਦੇ ਹੋਏ ਉਸ ਸਕੂਲ ਨੂੰ ਉੱਥੋਂ ਤੋੜ ਦਿੱਤਾ ਗਿਆ। ਉਹ ਸਕੂਲ ਸਾਹਮਣੇ ਵਾਲੀ ਜਿਹੜੀ ਬਿਲਡਿੰਗ ਸੀਗੀ ਵੱਡੀ ਸੀਨੀਅਰ ਸੈਕੰਡਰੀ ਸਕੂਲ ਦੀ, ਉੱਥੇ ਉਹਨਾਂ ਨੇ ਅਲੱਗ ਇਮਾਰਤ ਬਣਾਤੀ ਉਹਦੀ, ਉਸ ਸਕੂਲ ਨੂੰ ਤੋੜ ਕੇ ਉਸ ਥਾਂ ਦੇ ਉੱਤੇ ਪੰਜਾਬ ਸਰਕਾਰ ਦੇ ਪੈਸੇ ਦੇ ਨਾਲ ਉੱਥੇ ਇੱਕ ਮਲਟੀ ਲੈਵਲ ਪਾਰਕਿੰਗ ਬਣਾਈ ਗਈ, ਜਿਸਦਾ ਪਿਛਲੇ ਸਾਲ ਜਿਹੜਾ ਹੈਗਾ ਉਹਨਾਂ ਨੇ ਓਪਨਿੰਗ ਕੀਤੀ। ਲੋਕਾਂ ਨੂੰ ਬੜੀ ਖੁਸ਼ੀ ਸੀਗੀ ਕਿਉਂਕਿ ਬਹੁਤ ਹਰ ਇੱਕ ਪੋਲੀਟੀਕਲ ਪਾਰਟੀ ਨੇ ਇਹ ਗੱਲ ਕਹੀ ਸੀ ਵੀ ਤੁਹਾਨੂੰ ਸੁਵਿਧਾਵਾਂ ਹੋ ਜੂ, ਸਾਨੂੰ ਸੁਵਿਧਾਵਾਂ ਹੋ ਜੂ, ਸਾਰਿਆਂ ਨੂੰ ਸੌਖਾ ਹੋ ਜੂ, ਤਾਂ ਲੋਕਾਂ ਨੂੰ ਬੜੀ ਇੱਕ ਆਸ ਸੀਗੀ ਵੀ ਸਾਡੇ ਲਈ ਕੁਛ ਚੰਗਾ ਜਿਹੜਾ ਹੈਗਾ ਵੀ ਆ ਬਿਲਡਿੰਗ ਬਣ ਗਈ ਅਤੇ ਸਾਡਾ ਜਿਹੜਾ ਹੈਗਾ ਵੀ ਇਸ ਟਾਈਮ ਸਮੱਸਿਆ ਖਤਮ ਹੋ ਜੂਗੀ। ਲੇਕਿਨ ਜਿੱਦਣ ਦੀ ਉਹ ਪਾਰਕਿੰਗ ਦੀ ਇਹਨਾਂ ਨੇ ਇੱਕ ਪ੍ਰਾਈਵੇਟ ਠੇਕਾ ਦਿੱਤਾ ਨਗਰ ਨਿਗਮ ਨੇ, ਉਦਣ ਦੀ ਉਹ ਲੋਕਾਂ ਲਈ ਆਫਤ ਬਣ ਗਈ ਹੈ, ਮੁਸੀਬਤ ਬਣ ਗਈ ਹੈ। ਰੋਜ਼ ਦੇ ਲੜਾਈ ਝਗੜੇ, ਰੋਜ਼ ਦੇ ਕਲੇਸ਼ ਅਤੇ ਰੋਜ਼ ਦੀ ਲੋਕਾਂ ਦੇ ਨਾਲ ਲੁੱਟ ਖਸੁੱਟ ਦਾ ਜਿਹੜਾ ਇੱਕ ਸਿਲਸਿਲਾ ਜਾਰੀ ਹੋ ਗਿਆ। ਜਦੋਂ ਇਹ ਸ਼ੁਰੂ ਹੋਈ ਤਾਂ 15-20 ਦਿਨਾਂ ਦੇ ਬਾਅਦ ਹੀ ਇਹਨਾਂ ਨੇ ਲੋਕਾਂ ਦੀ ਚੀਖ ਕੜਾਤੀ, ਜਿਹਦੇ ਕਰਕੇ ਸਾਰੇ ਦੁਕਾਨਦਾਰਾਂ ਨੂੰ, ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਇੱਕ ਬਹੁਤ ਵੱਡਾ ਸੰਘਰਸ਼ ਕਰਨਾ ਪਿਆ ਵੀ ਇੰਨਾ ਧੱਕਾ ਨਾ ਕਰੋ ਸਾਡੇ ਨਾਲ। ਤਾਂ ਸਾਡੀਆਂ ਕੁਛ ਮੰਗਾਂ ਉਦੋਂ ਮੰਨ ਲਿੱਤੀਆਂ ਗਈਆਂ, ਲੇਕਿਨ 1-2 ਜਿਹੜੇ ਹੈਗੇ ਆ ਇਹਨਾਂ ਨੂੰ ਨਵੇਂ ਰੂਲ ਬਣਾ ਕੇ ਦਿੱਤੇ ਵੀ ਤੁਸੀਂ ਇਸ ਤਰ੍ਹਾਂ ਗੱਡੀ ਵੀ ਚੱਕ ਸਕਦੇ ਹੋ, ਉਸ ਤਰ੍ਹਾਂ ਗੱਡੀ ਵੀ ਚੱਕ ਸਕਦੇ ਹੋ, ਜੇ ਐਂ ਲੱਗੀ ਹੋਏ ਤਾਂ ਵੀ ਚੱਕ ਸਕਦੇ ਹੋ, ਫੁੱਟਪਾਥ 'ਤੇ ਚੜੀ ਹੋਏ ਤਾਂ ਵੀ ਚੱਕ ਸਕਦੇ ਹੋ। ਮੈਨੂੰ ਇਹ ਦੱਸੋ ਵੀ ਪਾਰਕਿੰਗ ਤਾਂ ਸਾਰੇ ਸ਼ਹਿਰਾਂ 'ਚ ਆ, ਜਿਹੜੀ ਬਠਿੰਡਾ ਦੀ ਪਾਰਕਿੰਗ ਆ ਇਹਦਾ ਵਿਵਾਦ ਇਹ, ਕਿਉਂ ਉਹ ਠੇਕੇਦਾਰ ਨੇ ਠੇਕਾ ਲਿਆ ਵਾ, ਉਹਦੀ ਜ਼ਿੰਮੇਵਾਰੀ ਬਣਦੀ ਆ ਵੀ ਬਾਜ਼ਾਰ 'ਚ ਗੱਡੀ ਨਾ ਲਾਈ ਜਾਵੇ ਅਤੇ ਪਾਰਕਿੰਗ 'ਚ ਲਾਈ ਜਾਵੇ, ਫਿਰ ਵਿਵਾਦ ਕਿਉਂ ਬਣਦਾ? ਦੱਸਦੇ ਹਾਂ ਜੀ, ਦੱਸਦੇ ਹਾਂ ਕਿਉਂ ਬਣ ਗਿਆ, ਮੇਰੀ ਗੱਲ ਕੰਪਲੀਟ ਹੋ ਗਈ, ਸਾਰਾ ਮਸਲਾ ਸਾਰੇ ਸਵਾਲ ਹੀ ਖਤਮ ਹੋ ਜਾਣਗੇ।
ਉਸ ਤੋਂ ਬਾਅਦ ਜਦੋਂ ਇਹ ਸਾਰਾ ਕੁਝ ਹੋ ਗਿਆ ਤੇ ਇਹਨਾਂ ਦੀ ਲੁੱਟ ਖਸੁੱਟ ਦੁਬਾਰਾ ਸ਼ੁਰੂ ਹੋ ਗਈ ਨਵੇਂ ਰੂਲਾਂ ਦੇ ਹਿਸਾਬ ਦੇ ਨਾਲ। ਸਾਰੇ ਲੋਕਾਂ ਦੇ ਵਿੱਚ ਆਕਰੋਸ਼ ਫੈਲਣ ਲੱਗ ਗਿਆ ਵੀ ਦੁਬਾਰਾ ਇਹ ਮਸਲੇ ਨੂੰ ਹੱਲ ਕਰਾਉਣਾ ਪੈਣਾ ਹੈਗਾ। ਲੇਕਿਨ ਇਨ ਬਿਟਵੀਨ ਸਾਡਾ ਇੱਕ ਵਪਾਰੀ ਭਰਾ ਮਾਲ ਰੋਡ ਐਸੋਸੀਏਸ਼ਨ ਦਾ ਪ੍ਰਧਾਨ ਸਾਡਾ ਮੇਲਾ, ਉਹ ਆਪਦੀ ਜਦੋਂ ਦੁਕਾਨ ਦੇ ਬਾਹਰ ਸੀ ਉਹਨੂੰ ਗੈਂਗਸਟਰਾਂ ਨੇ ਗੋਲੀਆਂ ਨਾਲ ਭੁੰਨਤਾ, ਸਾਰਾ ਸ਼ਹਿਰ ਸਦਮੇ 'ਚ ਚਲਾ ਗਿਆ। ਅਤੇ ਅਸੀਂ ਜਿਹੜੇ ਇਸ ਮੁੱਦੇ ਵੱਲ ਸਾਡਾ ਧਿਆਨ ਹੀ ਨਹੀਂ ਪਿਆ ਕਿਉਂਕਿ ਸਾਡੇ ਜਿਹੜੇ ਮਾਇੰਡ ਸੀਗੇ ਲੋਕ ਇੰਨਾ ਜ਼ਿਆਦਾ ਭੈਭੀਤ ਹੋ ਗਏ ਵੀ ਆਹ ਕੀ ਹੋ ਗਿਆ, ਵੀ ਸਰੇਆਮ ਹੀ ਐਡੀ ਗੁੰਡਾਗਰਦੀ, ਵੀ ਇੱਕ ਬੰਦੇ ਨੂੰ ਜਿਹੜਾ ਵਿਚਾਰਾ ਡਾਊਨ ਟੂ ਅਰਥ ਬੰਦਾ, ਸੋਸ਼ਲ ਵਰਕਰ ਬੰਦਾ, ਦੁਕਾਨ ਦੇ ਬਾਹਰ ਬੈਠਾ, ਕਿਸੇ ਨਾਲ ਉਹਦਾ ਲੜਾਈ ਝਗੜਾ ਨਹੀਂ, ਕੋਈ ਮਸਲਾ ਨਹੀਂ, ਵੀ ਉਸਨੂੰ ਗੋਲੀਆਂ ਨਾਲ ਕਿਵੇਂ ਭੁੰਨ ਦਿੱਤਾ ਗਿਆ। ਉਸ ਤੋਂ ਬਾਅਦ ਜਿਹੜਾ ਹੈਗਾ ਸਾਡਾ ਧਿਆਨ ਜਿਹੜਾ ਇਸ ਮੁੱਦੇ ਤੋਂ ਭਟਕ ਗਿਆ ਅਤੇ ਇਹਨਾਂ ਨੇ ਜਿਹੜੀ ਆਪਦੀ ਧੱਕੇਸ਼ਾਹੀ ਦਾ ਦੌਰ ਸੀਗਾ ਉਹ ਹੋਰ ਜ਼ਿਆਦਾ ਸਟਰੋਂਗ ਕਰਤਾ। ਜਿਹੜੇ ਇਹਨਾਂ ਨੂੰ ਰੂਲ ਮਿਲੇ, ਇਹਨਾਂ ਨੂੰ ਮਿਲਿਆ ਵੀ ਜੇ ਕੋਈ ਬੰਦਾ ਯੈਲੋ ਲਾਈਨ ਤੋਂ ਬਾਹਰ ਪਾਰਕਿੰਗ ਲਗਾਉਂਦਾ, ਨੋ ਪਾਰਕਿੰਗ ਵਾਲੇ ਏਰੀਏ ਦੇ ਵਿੱਚ ਆਪਦੀ ਗੱਡੀ ਪਾਰਕ ਕਰਦਾ ਹੈਗਾ ਅਤੇ ਉਹ ਡਰਾਈਵਰ ਸੀਟ 'ਤੇ ਮੌਜੂਦ ਨਹੀਂ ਹੈ, ਤਾਂ ਤੁਸੀਂ ਉਹਦੇ ਵੀਲ ਲੋਕ ਲਗਾ ਕੇ ਉਹਦੀ ਗੱਡੀ ਟੋਅ ਕਰ ਸਕਦੇ ਹੋ। ਇਹਨਾਂ ਨੇ ਉਸ ਕਾਨੂੰਨ ਦਾ ਨਜਾਇਜ਼ ਫਾਇਦਾ ਕਿਵੇਂ ਚੱਕਿਆ ਵੀ ਇਹਨਾਂ ਨੇ ਆਪਦੇ 8-10 ਮੁਲਾਜ਼ਮ ਸਵੇਰੇ ਭੇਜ ਦਿੰਦੇ ਆ ਠੇਕੇਦਾਰ, ਉਹਨਾਂ ਦੇ ਹੱਥ ਦੇ ਵਿੱਚ ਵੀਲ ਲੋਕ ਹੁੰਦੇ ਆ ਜਿਹੜੇ ਉਹ ਆ ਪਿੱਛੇ ਜੀ ਐਂ ਲੁਕੋ ਕੇ ਰੱਖਦੇ ਥੋੜ੍ਹਾ ਜਿਹਾ, ਜਿਵੇਂ ਕੋਈ ਬੰਦਾ ਕਾਰ ਸਲੋਅ ਕਰਨ ਲੱਗਦਾ ਹੈਗਾ ਇਹ ਜਾ ਕੇ ਉਹਦੇ ਵੀਲ ਲੋਕ ਲਗਾ ਦਿੰਦੇ ਆ, ਜਿਵੇਂ ਸਲੋਅ ਕਰਕੇ ਉਹ ਪੈਰ ਉਹਨੇ ਥੱਲੇ ਰੱਖਿਆ ਉੱਥੇ ਵੀਲ ਲੋਕ ਲਗਾ ਦਿੰਦੇ ਆ। ਹੋ ਸਕਦਾ ਬੰਦਾ ਉਹ ਵਿਚਾਰਾ ਕੋਈ ਪੇਮੈਂਟ ਦੇਣ ਲਈ ਜਾਂ ਲੈਣ ਲਈ ਰੁਕਿਆ ਹੁੰਦਾ, ਜਾਂ ਕਈ ਵਾਰ ਕੋਈ ਬੰਦਾ ਐਡਰੈਸ ਪੁੱਛਣ ਵਾਸਤੇ ਵੀ ਰੁਕਿਆ ਹੁੰਦਾ ਜਿਵੇਂ ਫਲਾਨੀ ਥਾਂ 'ਤੇ ਜਾਣਾ ਹੈਗਾ, ਇੰਨੇ ਦੇ ਵਿੱਚ ਉਹ ਵੀਲ ਲੋਕ ਲਗਾ ਦਿੰਦੇ ਹੈਗੇ ਆ। ਉਹ ਬੰਦਾ ਵੀ ਕਹਿੰਦਾ ਵੀ ਭਾਈ ਮੈਂ ਤਾਂ ਕੋਲ ਹੀ ਸੀ, ਮੈਨੂੰ ਕਹਿ ਦਿੰਦੇ ਤੁਸੀਂ ਵੀ ਮੈਂ ਸਾਈਡ 'ਤੇ ਕਿਤੇ ਕਰ ਲੈਂਦਾ, ਲੈ ਜਾਂਦਾ ਅੱਗੇ, ਯਾਰ ਵੀ ਮੈਂ ਕੋਲ ਹੀ ਖੜ੍ਹਾ। ਇਹ ਕਹਿੰਦਾ ਨਹੀਂ ਜੀ ਆਹ ਸਾਡੇ ਕੋਲ ਲਿਖਿਆ ਹੋਇਆ ਪਿਆ ਹੈਗਾ, ਫੋਟੋ ਸਟੇਟ ਕਾਪੀਆਂ ਹੀ ਸਾਰਿਆਂ ਨੇ ਫੜ ਰੱਖੀ ਹੈ ਵੀ ਆਹ ਸਾਡੇ ਕੋਲ ਲਿਖਿਆ ਹੋਇਆ ਪਿਆ ਹੈਗਾ, ਜੇ ਡਰਾਈਵਰ ਸੀਟ 'ਤੇ ਬੰਦਾ ਨਹੀਂ ਹੋਊਗਾ ਅਸੀਂ ਜੁਰਮਾਨਾ ਲੈ ਸਕਦੇ ਹਾਂ। ਉਹ ਬੰਦਾ ਵਿਰੋਧ ਕਰਦਾ, ਇਹ ਆਪਦੇ 1-2 ਗੱਡੀਆਂ ਵਾਲੇ ਹੋਰ ਬੁਲਾ ਲੈਂਦੇ ਆ, ਮੋਟਰਸਾਈਕਲਾਂ 'ਤੇ ਸਕੂਟਰੀਆਂ 'ਤੇ ਇਹਨਾਂ ਦੇ ਬੰਦੇ ਪਹੁੰਚ ਜਾਂਦੇ, ਉਹਨੂੰ ਘੇਰਾ ਪਾ ਲੈਂਦੇ, ਉਹਨੂੰ ਜਲੀਲ ਕਰਦੇ ਹੈਗੇ ਆ। ਫਿਰ ਉਹ ਬੰਦਾ ਸਾਡੇ ਦੁਕਾਨਦਾਰਾਂ ਦੇ ਨਾਲ ਡਿਸਪਿਊਟ ਪਾ ਕੇ ਜਾਂਦਾ ਹੈਗਾ ਵੀ ਤੁਸੀਂ ਸਾਰੇ ਬਠਿੰਡੇ ਵਾਲੇ ਦੁਕਾਨਦਾਰੀ ਘਟੀਆਂ ਹੋ, ਮੇਰੇ ਨਾਲ ਲੁੱਟ ਹੋ ਗਈ ਸਰੇਆਮ, ਮੈਂ ਤੁਹਾਡੇ ਬਾਜ਼ਾਰ ਦੇ ਵਿੱਚ ਆਇਆ ਸੀ, ਅੱਗੇ ਤੋਂ ਮੈਂ ਤੁਹਾਡੇ ਬਾਜ਼ਾਰ 'ਚ ਨਹੀਂ ਵੜਦਾ, ਤੁਸੀਂ ਮੇਰਾ ਸਾਥ ਹੀ ਨਹੀਂ ਦਿੱਤਾ। ਆ ਸਰੇਆਮ ਮੈਂ ਤਾਂ 1 ਮਿੰਟ ਲਈ ਰੁਕਿਆ ਹੀ ਨਹੀਂ ਸੀਗਾ, ਮੈਂ ਤਾਂ ਹਾਲੇ ਗੱਡੀ 'ਚੋਂ ਹੀ ਉਤਰਿਆ ਸੀਗਾ। ਮਤਲਬ ਇਹ ਸਾਡਾ ਭਾਈਚਾਰਕ ਸਾਂਝ ਖਤਮ ਹੁੰਦੀ ਜਾ ਰਹੀ ਹੈ, ਰੋਜ਼ ਦੇ ਲੜਾਈ ਝਗੜੇ ਹੋ ਰਹੇ ਆ, ਇਹ ਲੜਾਈ ਝਗੜੇ ਇਹ ਕਦੀ ਇਹ ਕਿਸੇ ਨੂੰ ਕੁੱਟ ਦਿੰਦੇ ਆ, ਕਈ ਕਦੀ ਕੋਈ ਇਹਨਾਂ ਨੂੰ ਕੁੱਟ ਦਿੰਦਾ, ਇੱਕ ਤਾਂ FIR ਵੀ ਦਰਜ ਹੋਈ ਵੀ ਹੈ ਥਾਣਾ ਕੋਤਵਾਲੀ ਦੇ ਵਿੱਚ, ਇਹਨਾਂ ਨੇ ਕੋਈ ਬੰਦਾ ਕੁੱਟ ਕੱਟ ਦਿੱਤਾ, ਪਤਾ ਨਹੀਂ ਕੀ ਲੜਾਈ ਝਗੜਾ ਹੋਇਆ ਉਹਦੇ ਨਾਲ, ਉਹਨੇ ਆਪਦੇ 4-5 ਸਾਥੀ ਲਿਆ ਕੇ ਇਹਨਾਂ ਦੀ ਪਾਰਕਿੰਗ ਦੇ ਵਿੱਚ ਵੜ ਕੇ ਉਹਨਾਂ ਨੂੰ ਕੁੱਟਿਆ ਪਾਰਕਿੰਗ ਵਾਲਿਆਂ ਨੂੰ। ਕੋਈ ਨਾ ਕੋਈ ਟੱਕਰੀ ਜਾਂਦਾ ਜੀ ਸ਼ੇਰ ਨੂੰ ਸਵਾ ਸ਼ੇਰ, ਹੈ ਨਾ, ਗੁੰਡਾਗਰਦੀ ਦਾ ਇੱਕ ਲਿਮਿਟ ਹੁੰਦੀ ਹੈਗੀ ਹੈ। ਫਿਰ ਤੁਸੀਂ ਦੇਖੋ ਜੀ ਇਹਨਾਂ ਦੇ ਰੂਲ, ਇਹਨਾਂ ਨੂੰ ਨਵੇਂ ਰੂਲ ਬਣਾ ਕੇ ਦੇਤੇ ਵੀ ਜੇ ਕੋਈ ਫੁੱਟਪਾਥ ਦੇ ਉੱਤੇ ਗੱਡੀ ਬੰਦਾ ਪਾਰਕ ਕਰਦਾ ਹੈਗਾ ਤਾਂ ਤੁਸੀਂ ਉਹਦੀ ਗੱਡੀ ਟੋਅ ਕਰ ਸਕਦੇ ਹੋ, ਡੈਫੀਨੇਸ਼ਨ ਕੋਈ ਨਹੀਂ ਵੀ ਕਿੰਨੀ ਕੁ ਪਾਰਕ ਕਰਦਾ ਹੈਗਾ। ਫਿਰ ਦੇਖੋ ਸਾਡੇ ਬਹੁਤ ਸਾਰੇ ਬਾਜ਼ਾਰਾਂ ਦੇ ਵਿੱਚ ਨਗਰ ਨਿਗਮ ਦੇ ਜਿਹੜੇ ਬਾਜ਼ਾਰ ਬਣਾਏ ਹੋਈ ਆ ਸੜਕਾਂ 'ਤੇ ਫੁੱਟਪਾਥਾਂ ਹੈਗੀਆਂ, ਉਹਦਾ ਪਲਿੰਥ ਲੈਵਲ ਜਿਹੜਾ ਹੈਗਾ ਉਹ 9 ਇੰਚ ਤੋਂ 12 ਇੰਚ ਹੋਣਾ ਚਾਹੀਦਾ, ਜਿਹੜੀ ਕਿ ਡਾਇਰੈਕਟਰ ਲੋਕਲ ਬੋਡੀਜ਼ ਦੀ ਹਦਾਇਤਾਂ ਹੈਗੀਆਂ। ਲੇਕਿਨ ਤੁਸੀਂ ਸਾਡੇ ਬਾਜ਼ਾਰਾਂ ਦੇ ਵਿੱਚ ਆਓ, 1-1.5 ਇੰਚ ਉੱਚੀ ਫੁੱਟਪਾਥ ਹੈ, ਅਗਲਾ ਹਿੱਸਾ ਰਾਊਂਡ ਹੈ, ਜਦੋਂ ਬੰਦਾ ਪੀਲੀ ਲੈਨ ਦੇਖਦੇ ਦੇਖਦੇ ਗੱਡੀ ਪਾਰਕ ਕਰਦਾ ਹੈਗਾ ਉਹਨੂੰ ਆਪ ਨੂੰ ਨਹੀਂ ਪਤਾ ਲੱਗਦਾ ਵੀ ਉਹਦਾ 1/2 ਇੰਚ ਟਾਇਰ ਕਦੋਂ ਚੜ ਗਿਆ ਫੁੱਟਪਾਥ 'ਤੇ, ਇਹ ਆਉਂਦੇ ਉਹਦੀ ਗੱਡੀ ਟੋਅ ਕਰਕੇ ਲੈ ਜਾਂਦੇ ਆ। ਫਿਰ ਦੇਖੋ ਇਸ ਕਾਨੂੰਨ ਦੇ ਵਿੱਚ ਇਹ ਸੀਗਾ, ਯੈਲੋ ਲਾਈਨ ਤੋਂ ਬਾਹਰ ਹੋਇਆ, ਸੜਕ ਦੇ ਵਿਚਾਲੇ ਹੋਇਆ, ਗਲਤ ਪਾਰਕਿੰਗ 'ਚ ਹੋਇਆ, ਤੁਸੀਂ ਉਹਦੀ ਗੱਡੀ ਟੋਅ ਕਰ ਸਕਦੇ ਹੋ। ਲੋਕਾਂ ਨੂੰ 1 ਸਾਲ ਦੇ ਵਿੱਚ ਸਮਝ ਆ ਗਈ ਵੀ ਡਰਾਈਵਰ ਸੀਟ 'ਤੇ ਬਹਿ ਜਾਓ ਤਾਂ ਗੱਡੀ ਟੋਅ ਨਹੀਂ ਹੋਊਗੀ, ਅਤੇ ਵਾਕਈ ਲੋਕ ਡਰਾਈਵਰ ਸੀਟਾਂ 'ਤੇ ਬੈਠਣ ਲੱਗ ਗਏ, ਜਿਨ੍ਹਾਂ ਦਾ ਬਾਜ਼ਾਰਾਂ ਦੇ ਵਿੱਚ ਆਏ ਬਗੈਰ ਨਹੀਂ ਸਰਦਾ। ਉਹ ਗੱਡੀ 'ਤੇ ਆਉਂਦੇ ਆ, ਇੱਕ ਬੰਦਾ ਨਾਲ ਹੁੰਦਾ, ਇੱਕ ਬੰਦਾ ਡਰਾਈਵਰ ਸੀਟ ਦੇ ਉੱਤੇ ਬਹਿ ਕੇ ਸੀਟ ਪਿੱਛੇ ਕਰਕੇ AC ਛੱਡ ਕੇ ਬੈਠਾ ਰਹਿੰਦਾ 4-4 ਘੰਟੇ। ਸਾਡੇ ਬਾਜ਼ਾਰਾਂ ਦੇ ਵਿੱਚ ਆਓ, 50-50, 60-60 ਗੱਡੀਆਂ 1-1 ਬਾਜ਼ਾਰ 'ਚ, 12-12, 13-13 ਗੱਡੀਆਂ ਸੜਕ ਦੇ ਵਿਚਾਲੇ ਲੱਗੀਆਂ, 50-50 ਫੁੱਟ ਚੌੜੇ ਬਾਜ਼ਾਰ ਸੀ, 15-15 ਫੁੱਟ ਦੇ ਬਾਜ਼ਾਰ ਰਹਿ ਗਏ, ਗਲੀਆਂ ਬਣਾਤੀਆਂ ਇਹਨਾਂ ਨੇ, ਟ੍ਰੈਫਿਕ ਦੀ ਵਿਵਸਥਾ ਇੰਨੀ ਵਿਗੜ ਗਈ। ਅੱਛਾ, ਕਾਰਾਂ ਤੋਂ ਇਲਾਵਾ ਇਹਨਾਂ ਨੂੰ ਹੋਰ ਕੁਛ ਨਹੀਂ ਦਿਖਦਾ, ਕੋਈ ਕਮਰਸ਼ੀਅਲ ਵਹੀਕਲ ਨਹੀਂ ਚੱਕਦੇ,
ਕੋਈ ਜੀਪ ਨਹੀਂ ਚੱਕਦੇ, ਕੋਈ ਹੋਰ ਵਹੀਕਲ ਨਹੀਂ ਚੱਕਦੇ, ਉਹ ਸੜਕ ਦੇ ਵਿਚਾਲੇ ਖੜ੍ਹਾ ਖੜ੍ਹਾ, ਟਰੱਕ ਖੜ੍ਹਾ ਖੜ੍ਹਾ, ਉਹ ਖੜ੍ਹਾ। ਪਾਸ ਵਗੈਰਾ ਵੀ ਇਹਨਾਂ ਨੇ ਕੋਈ ਦਿੱਤੇ ਹੋਏ ਆ, ਜਿਹੜੇ ਕੁਛ ਕਹਿੰਦੇ ਪਾਸ ਵਾਲੀਆਂ ਗੱਡੀਆਂ ਵੀ ਦੇਖੀਆਂ ਬਾਜ਼ਾਰਾਂ 'ਚ ਖੜ੍ਹੀਆਂ ਹੁੰਦੀਆਂ। ਉਹਨਾਂ ਨੇ ਮਲਟੀ ਲੈਵਲ ਕਾਰ ਪਾਰਕਿੰਗ ਦੇ ਪਾਸ ਬਣਾ ਤੇ, ਜਿਹੜੇ ਕਿ ਲੋਕ ਇਹਨਾਂ ਦੀ ਗੱਡੀਆਂ ਕੁਛ ਉੱਥੇ ਪਾਰਕਿੰਗ ਦੇ ਵਿੱਚ ਲਗਾ ਕੇ ਆਉਂਦੇ ਹੈਗੇ ਆ, ਪਰਮਾਨੈਂਟ ਦਿਨ ਰਾਤ ਉੱਥੇ ਗੱਡੀਆਂ ਖੜ੍ਹਦੀਆਂ। ਲੇਕਿਨ ਕੁਛ ਬੰਦਿਆਂ ਨੂੰ ਇਹਨਾਂ ਨੇ ਇਜਾਜ਼ਤ ਦੇ ਤੀ ਵੀ ਤੁਸੀਂ ਆਹ ਫਲਾਨੀ ਫਲਾਨੀ ਥਾਂ ਵਾਲੇ ਵੀ ਤੁਸੀਂ ਆਪਦੀ ਗੱਡੀ ਉੱਥੇ ਹੀ ਲਾ ਲਿਆ ਕਰੋ, ਕਿਉਂਕਿ ਇਹਦੇ ਵਿੱਚ ਉਹਨਾਂ ਨੂੰ ਵੀ ਫਾਇਦਾ। ਅਗਲਾ ਕਹਿੰਦਾ ਸਾਡੀ ਪਾਰਕਿੰਗ ਖਾਲੀ ਰਹੂਗੀ, ਇੱਥੇ ਅਸੀਂ ਹੋਰ ਲਵਾਵਾਂਗੇ। ਜਿਹੜੀ ਥਾਵਾਂ ਦਾ ਇਹਨਾਂ ਨੂੰ ਮਿਲਿਆ ਹੀ ਨਹੀਂ ਕੰਟਰੈਕਟ, ਉੱਥੇ ਇਹ ਗੱਡੀਆਂ ਕਿਵੇਂ ਖੜ੍ਹ ਸਕਦੀਆਂ? ਉੱਥੇ ਗੱਡੀਆਂ ਖੜ੍ਹੀਆਂ, ਨਾ ਤਾਂ ਉੱਥੇ ਯੈਲੋ ਲਾਈਨ ਹੈ, ਨਾਲੇ ਉਹ ਫੁੱਟਪਾਥ ਦੇ ਉੱਤੇ ਜਮ੍ਹਾਂ ਉੱਤੇ ਛੱਡਾਂ ਤੱਕ ਲੱਗੀਆਂ ਖੜ੍ਹੀਆਂ। ਉੱਥੇ ਗੱਡੀਆਂ 10 ਖੜ੍ਹੀਆਂ, ਉੱਥੇ ਵਿਚਾਲੇ ਕੋਈ ਥਾਂ ਦੇਖ ਕੇ ਮੇਰੇ ਵਰਗਾ ਜਾ ਕੇ ਗੱਡੀ ਲਾ ਦਿੰਦਾ ਵੀ ਇਹਦਾ ਪਾਰਕਿੰਗ ਵਾਲੀ ਥਾਂ ਹੈ, ਵੀ ਗੱਡੀਆਂ ਖੜ੍ਹੀਆਂ ਹੀ ਇੱਥੇ ਆਲਰੇਡੀ, ਉਹਦੀ ਗੱਡੀ ਟੋਅ ਕਰ ਲੈਂਦੇ ਹੈ, ਮੌਕੇ 'ਤੇ ਹੋਵੇ ਤਾਂ ਉਹਨੂੰ 500 ਰੁਪਏ ਠੋਕਦੇ ਹੈ। ਅੱਛਾ, ਕੁਛ ਤਾਂ ਇਹਨਾਂ ਨੇ ਉਸ ਪੁਆਇੰਟਾਂ ਦੇ ਉੱਤੇ ਆਪਦੇ ਇੰਪਲੋਈ ਪਰਮਾਨੈਂਟ ਹੀ ਬਿਠਾ ਰੱਖਿਆ, ਉਹ ਸਾਹਮਣੇ ਬੈਠੇ ਸਾਈਡ 'ਤੇ ਵੀ ਕੋਈ ਗੱਡੀ ਵਾਲਾ ਆਊਗਾ, ਮੁਰਗਾ ਫਸੂਗਾ, ਅਸੀਂ ਜਾ ਕੇ ਉਹਦੇ ਲਗਾ ਦਾਂਗੇ ਵੀਲ ਲੋਕ ਅਤੇ ਪੈਸੇ ਲੈ ਲਾਂਗੇ। ਉਹ ਪਰਮਾਨੈਂਟ ਹੀ ਉਸ ਪੁਆਇੰਟ ਦੇ ਉੱਤੇ 30-30 35-35 ਜਣਾਂ ਨੂੰ ਰਗੜਾ ਲਾਈ ਜਾਂਦੇ ਹੈਗੇ ਆ। ਅਗਲਾ ਕਹਿੰਦਾ ਯਾਰ ਵੀ ਇੱਥੇ 10 ਗੱਡੀਆਂ ਖੜ੍ਹੀਆਂ ਸੀ, ਮੇਰੀ ਖੜ੍ਹ ਗਈ ਤਾਂ ਕਿੱਡੀ ਕੁ ਗੱਲ ਹੋ ਗਈ, ਸਾਰੀਆਂ ਚੱਕੋ। ਉਹ ਕਹਿੰਦੇ ਨਹੀਂ ਜੀ, ਇਹ ਤਾਂ ਪਾਸ ਵਾਲੀਆਂ। ਕਹਿੰਦਾ ਤੁਸੀਂ ਕਿੱਥੇ ਲਿਖ ਕੇ ਲਾਇਆ ਵੀ ਇੱਥੇ ਪਾਸ ਵਾਲੀਆਂ ਗੱਡੀਆਂ ਖੜ੍ਹ ਸਕਦੀਆਂ, ਬਾਕੀ ਗੱਡੀਆਂ ਟੋਅ ਕਰ ਲਿੱਤੀਆਂ ਜਾਣਗੀਆਂ? ਅੱਛਾ, ਇਹ ਦੱਸੋ ਜਿਹੜਾ ਠੇਕੇਦਾਰ ਦਾ ਸੁਣਨ ਵਿੱਚ ਆਇਆ ਵੀ ਉਹਨੇ ਕਿਹਾ ਕਿ ਮੈਂ ਕਾਫੀ ਪਰਿਵਾਰਾਂ ਨੂੰ ਪਾਲਦਾ, ਵੀ ਬਹੁਤ ਜਣਿਆਂ ਦਾ ਰੁਜ਼ਗਾਰ ਵੀ ਚੱਲਦਾ ਇਹਦੇ ਨਾਲ। ਹਾਂ, ਹਿੱਸੇਦਾਰੀ ਪਾਈ ਆ ਉਹਨੇ, ਹਿੱਸੇਦਾਰੀ ਪਾਈ ਆ ਨਾ। ਉਹ ਕਹਿੰਦਾ ਸੁਣੀ ਸੀ ਮੈਂ ਵੀ ਬਾਈਟ ਉਹਦੀ ਜਿਹੜੀ ਉਹਨੇ ਕੱਲ੍ਹ ਕੀਤੀ ਹੈ, ਕਹਿੰਦਾ ਮੇਰੇ ਕੋਲ 70 ਗਰੀਬ ਪਰਿਵਾਰਾਂ ਦੇ ਜਿਹੜੇ ਇੰਪਲੋਈ ਲੱਗੇ ਆ, ਵੀ ਤੂੰ ਉਹਦੇ ਨਾਲ ਹਿੱਸੇਦਾਰੀ ਪਾਈ ਹੈ, ਇੰਪਲੋਈ ਲੱਗੇ ਆ, ਪਹਿਲਾਂ ਕਿੰਨੇ ਹਟਾਤੇ? ਜਾਂ ਤਾਂ ਰੱਖਦਾ ਨਾਲ ਹੀ, ਫਿਰ ਸਾਰੀ ਜ਼ਿੰਦਗੀ ਵਾਸਤੇ ਕਰ ਲਓ ਕੰਟਰੈਕਟ ਉਹਦੇ ਨਾਲ ਵੀ ਅਸੀਂ ਰੱਖਾਂਗੇ। ਫਿਰ ਬੜੀਆਂ ਉਹਦੀਆਂ ਤਨਖਾਹਾਂ 50-50 ਹਜ਼ਾਰ, ਲੱਖ-ਲੱਖ ਰੁਪਏ ਮਹੀਨੇ ਦੇ ਰੱਖੇ ਆ, 65-65 ਸੌ ਰੁਪਏ ਦੇ ਮੁਲਾਜ਼ਮ ਲੱਗੇ ਵਿਚਾਰੇ, ਕਈ ਤਾਂ ਡਰੈਸ ਪਾ ਕੇ ਜਾਣਾ, ਹੋਰ ਕਰਨਾ, ਉਦੋਂ ਬਾਅਦ ਤਾਂ ਅਸੀਂ ਬਾਜ਼ਾਰ ਦੇ ਵਿੱਚ ਦਵਾ ਦਾਂਗੇ। ਐਡੀ ਚਿੰਤਾ ਨਾ ਕਰੇ, ਉਹਨੂੰ ਆਪਦੇ ਪੈਸਿਆਂ ਦੀ ਪਈ ਹੈ, ਲੁੱਟ ਖਸੁੱਟ ਦੀ ਪਈ ਹੈ ਇਕੱਲੀ, ਉਹ ਛੱਡ ਦੇਵੇ। ਜਿੰਨੇ ਬੰਦੇ ਹੈਗੇ ਆ ਸਾਡੇ ਵਪਾਰੀ, ਆਪੇ ਆਪਦੀ ਦੁਕਾਨਾਂ 'ਤੇ ਕਿਤੇ ਨਾ ਕਿਤੇ ਐਡਜਸਟਮੈਂਟ ਅਸੀਂ ਕਰਾ ਦਾਂਗੇ, ਨਾਲੇ ਜਿਹੜੀ ਉਹ ਸਾਨੂੰ ਆਪਦੀ ਸਲਿੱਪ ਦਿਖਾ ਦੂਗਾ ਵੀ ਆਹ ਮੈਂ ਇੰਨੇ ਪੈਸੇ ਦਿੰਦਾ ਸੀਗਾ, ਇੱਕ ਨੰਬਰ ਦੇ ਵਿੱਚ ਸਲਿੱਪ ਦੇਣੀ ਪੈਂਦੀ ਹੈਗੀ ਹੈ, ਸੈਲਰੀ ਸਲਿੱਪ, ਉਹ ਦਿਖਾ ਦੇਵੇ, ਉਹਦੇ ਨਾਲੋਂ ਵੱਧ ਤਨਖਾਹ 'ਤੇ ਰਖਵਾ ਦਾਂਗੇ। ਉਹ ਸਮਾਜ ਸੇਵੀ ਬਣਦਾ, ਲੁੱਟ ਖਸੁੱਟ ਕਰਕੇ ਸੋਸ਼ਲ ਵਰਕਰ ਬਣਦਾ ਹੈਗਾ, ਲੋਕਾਂ ਨੂੰ ਇਮੋਸ਼ਨਲ ਟੱਚ ਦੇਣਾ ਚਾਹੁੰਦਾ ਉਹ। ਜਿਹੜੀ ਮੀਟਿੰਗ ਕੀਤੀ ਆ, ਕੀ ਫੈਸਲਾ ਲਿਆ ਵੀ ਅਸੀਂ ਭਾਈ ਆ ਫਲਾਨੇ ਬਾਜ਼ਾਰ ਵਾਲੇ ਇਕੱਠੇ ਹੋ ਰਹੇ ਹਾਂ, ਅਸੀਂ ਫਲਾਨੀ ਮਾਰਕੀਟ ਵਾਲੇ ਇਕੱਠੇ ਹੋ ਰਹੇ ਹਾਂ, ਬੜਾ ਦੁਖੀ ਕਰ ਰੱਖਿਆ ਹੈਗਾ ਵੀ ਗਾਹਕ ਆਉਣੇ ਬੰਦ ਹੋ ਗਏ, ਇੱਥੇ ਰੋਜ਼ ਦੇ ਲੜਾਈ ਝਗੜੇ ਸ਼ੁਰੂ ਹੋ ਗਏ, ਕੋਈ ਵੱਡੀ ਵਾਰਦਾਤ ਹੋ ਜੂਗੀ, ਮੀਟਿੰਗ ਕਰੋ ਮੀਟਿੰਗ ਕਰੋ। ਸਾਨੂੰ ਵੀ ਬੁਲਾ ਲੈਂਦੇ ਸੀਗੇ, ਜਿਵੇਂ ਅਸੀਂ ਕੁਛ ਕੋਮਨ ਬੰਦੇ ਅਸੀਂ ਜਾ ਕੇ ਅਸੀਂ ਵੀ ਬਹਿ ਜਾਂਦੇ ਸੀ ਅਗਲੇ ਦੀ ਮੀਟਿੰਗ 'ਚ, ਸਾਰਿਆਂ ਦੀ ਇੱਕੋ ਹੀ ਆਵਾਜ਼ ਹੁੰਦੀ ਸੀ ਜੀ ਵੀ ਅਸੀਂ ਸਾਰੇ ਤਪੇ ਹੋਏ ਹਾਂ, ਅਸੀਂ ਸਾਰੇ ਨਾਲ ਹੈ, ਕੋਈ ਵੱਡਾ ਫੈਸਲਾ ਲਓ, ਸਾਰਿਆਂ ਦੀ ਇੱਕੋ ਹੀ ਆਵਾਜ਼ ਹੁੰਦੀ ਸੀਗੀ। ਹੁਣ ਫੈਸਲਾ ਆਇਆ ਹੈਗਾ ਸਭ ਦਾ ਸਾਂਝਾ ਵੀ ਸਾਰੇ ਜਿਹੜੇ ਬਾਜ਼ਾਰ ਹੈਗੇ ਆ ਉਹ ਬੰਦ ਕਰਕੇ ਫਾਇਰ ਬ੍ਰਿਗੇਡ ਚੌਂਕ ਦੇ ਉੱਤੇ ਧਰਨਾ ਲਾਇਆ ਜਾਵੇ, ਇੱਥੇ ਜਾਮ ਕੀਤਾ ਜਾਵੇ। ਕਿੰਨੇ ਸਮੇਂ ਵਾਸਤੇ ਰਹੂਗਾ ਇਹ? ਅਣਮਿੱਥੇ ਸ਼ੁਰੂ ਹੋਇਆ ਮਸਲਾ, ਇਹ ਉਦਣ ਦਾ ਹੀ ਰੌਲਾ ਚੱਲਦਾ ਆ ਰਿਹਾ। ਇਹ ਸਨ ਸੋਨੂੰ ਮਿਸ਼ਰੀ, ਜਿਹੜੇ ਵਪਾਰੀ ਵੀ ਨੇ ਅਤੇ ਇਹਨਾਂ ਵੱਲੋਂ ਹੁਣ ਜਿਹੜਾ ਇਕੱਠੇ ਹੋ ਕੇ ਵਪਾਰ ਮੰਡਲ ਵੱਲੋਂ ਜਿਹੜਾ ਸੰਘਰਸ਼ ਕੀਤਾ, 15 ਅਗਸਤ ਨੂੰ ਜਿਹੜੇ ਬਾਜ਼ਾਰ ਬੰਦ ਰੱਖੇ ਜਾਣਗੇ ਅਤੇ ਫਾਇਰ ਬ੍ਰਿਗੇਡ ਕੋਲ ਧਰਨਾ ਲਾ ਕੇ ਪ੍ਰਦਰਸ਼ਨ ਕੀਤਾ ਜਾਊਗਾ। ਉਹਨਾਂ ਨੇ ਕਿਹਾ ਕਿ ਜਿੰਨੀ ਦੇਰ ਜਿਹੜਾ ਮਸਲਾ ਹੱਲ ਨਹੀਂ ਹੁੰਦਾ ਉਨੀ ਦੇਰ ਸੰਘਰਸ਼ ਜਾਰੀ ਰਹੂਗਾ। ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਅਤੇ ਮੈਂ ਹਰਸ਼ ਪਾਸ। ਕੀ ਨਾਮ? ਅਮਿਤ ਕਪੂਰ, ਪ੍ਰਧਾਨ ਪੰਜਾਬ ਪ੍ਰਦੇਸ਼ ਵਪਾਰ। ਕੀ ਕਹਿਣਾ ਚਾਹੁੰਦੇ ਜੀ ਪਾਰਕਿੰਗ ਦਾ ਮਸਲਾ? ਕੀ ਮਸਲਾ? ਸਾਡਾ ਮਸਲਾ ਕੋਈ ਨਹੀਂ ਹੈ ਜੀ, ਅਸੀਂ ਤਾਂ ਇੱਕੋ ਇੱਕ ਸਰਕਾਰ ਦੇ ਅੱਗੇ ਗੁਜ਼ਾਰਿਸ਼ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਧੱਕਾ ਸਾਡੇ ਵਪਾਰੀਆਂ ਨਾਲ ਹੋ ਰਿਹਾ ਸਾਨੂੰ ਦੁਕਾਨਾਂ 'ਤੇ ਆਪਣੇ ਆਜ਼ਾਦੀ ਨਾਲ ਬੈਠਣ ਦਿੱਤਾ ਜਾਵੇ। ਨਹੀਂ, 15 ਅਗਸਤ ਨੂੰ ਆਜ਼ਾਦੀ ਦਿਵਸ ਹੈ ਔਰ ਅਸੀਂ ਆਪਣੀ ਦੁਕਾਨ 'ਤੇ ਬਹਿਣ ਜੋਗੇ ਨਹੀਂ ਹੈਗੇ,
ਤਾਂ ਇਸ ਤੋਂ ਬਾਅਦ ਸਾਡੇ ਨਾਲ ਧੱਕਾ ਕੀ ਹੋਊਗਾ। ਅਸੀਂ ਇੱਕੋ ਗੱਲ ਕਹਿਣਾ ਚਾਹੁੰਦੇ ਹਾਂ ਕਿ ਭਗਵੰਤ ਮਾਨ ਜੀ, ਤੁਸੀਂ ਇਹ ਜਿਹੜੀ ਪਾਰਕਿੰਗ ਦਿੱਤੀ ਹੈ, ਇਹ ਪਾਰਕਿੰਗ ਆਪਣੇ ਤੁਹਾਡੇ ਕੋਲ ਆਪਣੇ ਕੋਲ ਹੀ ਰੱਖੋ। ਸਾਡੇ ਲੋਕਾਂ ਨੂੰ ਸਾਨੂੰ ਆਪਣੀਆਂ ਦੁਕਾਨਦਾਰੀਆਂ ਕਰ ਲੈਣ ਦਿਓ, ਅਸੀਂ ਆਪਣੀਆਂ ਦੁਕਾਨਦਾਰੀਆਂ ਦੇ ਅੰਦਰ ਬਹਿਣ ਜੋਗੇ, ਉਹ ਕਹਿੰਦੇ ਨਾ ਆਜ਼ਾਦ ਹੋ ਕੇ ਅਸੀਂ ਆਪਣੀਆਂ ਦੁਕਾਨ ਦੇ ਵਿੱਚ ਬਹਿ ਸਕੀਏ। ਸਾਡੇ ਬਾਜ਼ਾਰ ਦੇ ਵਿੱਚੋਂ ਲੋਕਾਂ ਦਾ ਆਉਣਾ ਜਾਣਾ ਬੰਦ ਕਰਾ ਤਾ, ਚਾਹੇ ਕੋਈ ਵਪਾਰੀ ਹੋਵੇ, ਚਾਹੇ ਕੋਈ ਕਰਮਚਾਰੀ ਹੋਵੇ, ਕੋਈ ਬੰਦਾ ਹੋਵੇ, ਹਰ ਬੰਦਾ ਬਾਜ਼ਾਰ ਹੈ ਜੋ ਲੰਘਣ ਲੱਗੇ ਵੀ ਡਰਦਾ ਯਾਰ, ਵੀ ਜੇ ਮੈਂ ਗੱਡੀ ਇੱਧਰ ਨੂੰ ਲੈ ਕੇ ਗਿਆ ਤਾਂ ਮੈਨੂੰ ਫੜ ਕੇ ਇੱਧਰ ਕਿਤੇ ਹੋਰ ਨਾ ਮੇਰਾ ਉਂਡਾ ਹੋ ਜਾਵੇ। ਸਮੱਸਿਆ ਇਹੀ ਹੈ ਜੀ, ਜਿਹੜੀ ਗੱਡੀ ਆਉਂਦੀ ਹੈ ਉਹਦੇ 'ਤੇ ਸ਼ਿਕੰਜੇ ਲਾ ਕੇ ਇਹਨਾਂ ਦੇ ਬੰਦੇ ਜਿਹੜਾ ਹੈ ਉਹ ਕਹਿੰਦੇ ਨੇ ਗੁੰਡਾ ਟੈਕਸ ਜੇ ਆਪਾਂ ਕਹਿ ਦਈਏ ਤਾਂ ਲੱਗ ਜਾਂਦਾ, ਉਹਦੇ 'ਚ ਕੀ ਕਰਦੇ, ਧੱਕਾ ਕੀ ਕਰ ਚੱਲਦਾ ਕਿ ਲਿਆ ਕੇ ਸ਼ਿਕੰਜਾ ਲਾ ਕੇ ਚਲੇ ਜਾਂਦੇ ਆ, ਉਦੋਂ ਬਾਅਦ 800 ਰੁਪਇਆ ਜੁਰਮਾਨਾ ਦਿਓ ਜੀ। ਜਿਹੜਾ ਬੰਦਾ ਗੱਡੀ ਲੈ ਕੇ ਬਾਜ਼ਾਰ 'ਚ ਆ ਗਿਆ ਤਾਂ ਤੁਸੀਂ ਦੇਖੋ ਉਹਨੇ 2 ਮਿੰਟ ਦੁਕਾਨ 'ਤੇ ਜੇ ਕੰਮ 2 ਮਿੰਟ 4 ਮਿੰਟ ਤੱਕ ਅਗਲਾ ਖੜੂਗਾ ਨਾ ਜੀ। ਹੁਣ ਜੇ ਫਰੂਟ ਵਾਲੀ ਰੇਹੜੀ 'ਤੇ ਜੇ ਕਿਸੇ ਨੇ ਸਮਾਨ ਲੈਣਾ ਤਾਂ ਉਹ ਬਾਜ਼ਾਰ 2 ਮਿੰਟ ਪਾਸੇ ਦਾ ਕਰੂਗਾ। ਹੁਣ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਵੀ ਤੁਸੀਂ ਪਹਿਲੇ 2 ਕਿਲੋਮੀਟਰ 'ਤੇ ਉੱਥੇ ਪਹਿਲੇ ਗੱਡੀ ਪਹਿਲੇ ਪਾਰਕਿੰਗ 'ਚ ਲਾ ਕੇ ਆਓ, ਉਦੋਂ ਬਾਅਦ ਜਾ ਕੇ 100 ਰੁਪਏ ਦਾ ਜਾਂ 50 ਰੁਪਏ ਦਾ ਸਮਾਨ ਲੈਣਾ ਉਹ ਲੈ ਕੇ ਆਓ। ਯਾਰ ਇਹ ਤਾਂ ਕੋਈ ਐਡਾ ਵੱਡਾ ਆਪਣਾ ਅਮੈਰੀਕਾ ਤਾਂ ਬਣਿਆ ਨਹੀਂ ਹਜੇ ਤੱਕ ਵੀ ਇੱਥੇ ਜਿਹੜੀਆਂ ਤੁਹਾਡੀਆਂ ਫ੍ਰੀ ਦੀਆਂ ਗੱਡੀਆਂ ਚੱਲਦੀਆਂ ਅਤੇ ਉਹਦੇ 'ਚ ਤੁਸੀਂ ਬਹਿ ਜਾਓਗੇ ਅਤੇ ਜਿੱਥੇ ਮਰਜ਼ੀ ਉਤਰ ਜਾਓਗੇ, ਉਹੋ ਜਿਹਾ ਤਾਂ ਅਮੈਰੀਕਾ ਨਹੀਂ ਕਰ ਪਾਇਆ ਤਾਂ ਤੁਸੀਂ ਅੱਜ ਕਿਵੇਂ ਕਰਾ ਦਿਓ? ਕਹਿੰਦੇ ਜੁਰਮਾਨਾ ਜੇ ਭਰਦੇ ਵੇ ਇਹਨਾਂ ਨੂੰ ਫਿਰ ਭਾਵੇਂ ਜੁਰਮਾਨਾ ਭਰ ਦਿਓ ਤੁਸੀਂ। ਹਾਂ ਇਹ ਨਾਲ ਬਹੁਤ ਵਧੀਆ ਸਿਸਟਮ ਬਣਾ ਰੱਖਿਆ ਇਹਨਾਂ ਨੇ, ਪੂਰਾ ਸ਼ਹਿਰ ਜਿਹੜਾ ਠੇਕੇ 'ਤੇ ਦੇ ਰੱਖਿਆ, ਕਹਿਣ ਨੂੰ ਤਾਂ ਪਾਰਕਿੰਗ ਹੈ, ਵੈਸੇ ਸ਼ਹਿਰ ਸਾਰਾ ਠੇਕੇ 'ਤੇ ਹੈ। ਤੁਸੀਂ ਦੇਖੋ ਥਾਂ ਥਾਂ 'ਤੇ ਇਹਨਾਂ ਨੇ ਆਪਦੀਆਂ ਗੱਡੀਆਂ ਮਹੀਨੇ ਦੇ ਹਿਸਾਬ ਨਾਲ ਠੇਕੇ 'ਤੇ ਲਾ ਰੱਖੀਆਂ, ਔਰ ਉੱਥੇ ਹੋ ਜਾਏ ਸਾਰਾ ਦਿਨ ਖੜੀ ਇਹਨਾਂ ਨੂੰ, ਜਿਹੜੀ ਬੰਦੀ ਦੇ 800 ਰੁਪਏ ਦੀ ਪਰਚੀ ਕੱਟੀ ਗਈ ਜਾਂ ਮਹੀਨੇ ਦਾ ਪਰਚੀ ਕੱਟੀ ਗਈ, ਉਹਨੂੰ ਚਾਹੇ ਸਾਰਾ ਦਿਨ ਖੜੀ ਰਹੇ, ਉਹਦਾ ਟ੍ਰੈਫਿਕ ਨਾਲ ਕੋਈ ਲੈਣਾ ਦੇਣਾ ਨਹੀਂ। ਸਕੂਟਰ ਖੜਾ, ਟਰਾਲੀ ਖੜੀ ਹੈ, ਟਰੱਕ ਖੜਾ, ਉਹਦੇ 'ਤੇ ਕੋਈ ਰੋਲਾ ਨਹੀਂ ਇਹਨਾਂ ਨੂੰ। ਜਿੱਥੇ ਤੁਹਾਡੀ ਕਾਰ ਫੜੀਗੀ, ਜੇ ਤੁਹਾਡੀ ਕਾਰ ਫੜ ਲਈ ਇਹਨਾਂ ਨੇ, ਉਹਦੀ 800 ਰੁਪਏ ਦੀ ਪਰਚੀ ਕੱਟਤੀ, ਤਾਂ ਤੁਹਾਡੇ ਕੋਲ ਸਪੈਸ਼ਲ ਕਹਿਣ ਆਉਂਦੇ ਆ ਵੀ ਟੈਨਸ਼ਨ ਨਾ ਲਓ ਜੀ, ਅਗਲਾ ਆਇਆ ਤਾਂ ਪਰਚੀ ਦਿਖਾ ਦਿਓ ਜੀ, ਤੁਸੀਂ ਖੜੇ ਰਹੋ ਚਾਹੇ 2 ਘੰਟੇ ਖੜੇ ਰਹੋ। ਇਹੋ ਜਿਹੇ ਹਾਲਾਤ ਜਿਹੜੇ ਆ ਇਹ ਬਿਲਕੁਲ ਧੱਕੇ ਵਾਲੇ ਹਾਲਾਤ ਹੈ, ਇਹ ਚੀਜ਼ ਨੂੰ ਅਸੀਂ ਜਾਣਦੇ ਹਾਂ। ਪ੍ਰਦਰਸ਼ਨ ਤਾਂ ਸਾਡਾ ਤਾਂ ਇਹੀ ਹੈ ਜੀ, ਅਸੀਂ ਤਾਂ ਹੱਥ ਜੋੜ ਕੇ ਗਰੀਬ ਹੋ, ਕਹਿੰਦਾ ਦੁਕਾਨਦਾਰ ਆਦਮੀ ਗਰੀਬ ਆਦਮੀ ਹੁੰਦਾ, ਵਪਾਰੀ ਇੱਕ ਐਸਾ ਕੌਮ ਹੈ ਜਿਹੜੀ ਧੱਕਾ ਦਾ ਲੜ ਤਾਂ ਸਕਦੀ ਨਹੀਂ ਕਿਸੇ ਨਾਲ। ਇਹੀ ਕਹਿ ਸਕਦੀ ਹੈ ਵੀ ਮੈਂ ਆਪਦੀ ਦੁਕਾਨ ਹੀ ਆਪਦਾ ਬੰਦ ਕਰ ਲੈਣਾ ਭਾਈ, ਹੁਣ ਤਾਂ ਇਦੂ ਵੱਧ ਕੀ ਹੈ, ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਮੈਂ ਤਾਂ ਅਸੀਂ ਆਪਦੀਆਂ ਦੁਕਾਨਾਂ ਬੰਦ ਕਰਕੇ ਬਹਿ ਜਾਵਾਂਗੇ। ਜੇ ਪ੍ਰਸ਼ਾਸਨ ਨੂੰ ਚੰਗਾ ਲੱਗੂਗਾ ਤਾਂ ਖੁਲਵਾ ਦੇਣਗੇ, ਠੇਕੇ ਬੰਦ ਕਰਾ ਦੇਣਗੇ ਤਾਂ ਸਾਡੀਆਂ ਦੁਕਾਨਾਂ ਖੁਲਵਾ ਦੇਣਗੇ। ਨਹੀਂ ਪ੍ਰਸ਼ਾਸਨ ਨੂੰ ਚੰਗਾ ਲੱਗਦਾ ਕਿ ਤੁਹਾਡੀਆਂ ਦੁਕਾਨਾਂ ਬੰਦ ਰਹਿਣ ਦੇ, ਇਹੋ ਜਿਹੇ ਜਿਹੜੇ ਹੈਗੇ ਮੈਂ ਕਹਿ ਸਕਦਾ, ਹੁਣ ਚਲੋ ਆਪਾਂ ਉਸ ਚੀਜ਼ ਦੇਖੇ ਹੁੰਦੇ ਹਾਂ ਵੀ ਠੇਕਾ ਜਿਹੜਾ ਹੈ ਧੱਕੇ ਵਾਲਾ ਠੇਕੇ ਜਿਹੜੇ ਖੁੱਲ੍ਹਣੇ ਤਾਂ ਖੋਲ੍ਹ ਲਓ ਭਾਈ, ਫਿਰ ਤੁਸੀਂ ਇਕੱਲੇ ਇਸ ਤਰ੍ਹਾਂ ਕਰ ਦਿਉ ਸਾਡੀਆਂ। ਅਸੀਂ ਤਾਂ ਇਹੀ ਕਹਾਂਗੇ ਵੀ ਸਾਨੂੰ ਜੇ ਦੁਕਾਨਾਂ ਦੇ ਕਿਰਾਏ ਪੁੱਛ ਲਓ, ਦੁਕਾਨਾਂ ਦੀਆਂ ਕਮਾਈਆਂ ਪੁੱਛ ਲਓ, ਫਿਰ ਆ ਸਾਡਾ ਸ਼ਹਿਰ ਵੀ ਠੇਕੇ 'ਤੇ ਦੇ ਦਿਓ ਦੁਕਾਨਾਂ ਵਾਲੇ, ਅਸੀਂ ਵੀ ਆਪਦੇ ਘਰੇ ਬੈਠੀ ਆਰਾਮ ਨਾਲ ਸਾਨੂੰ ਜੋ ਪ੍ਰਸ਼ਾਸਨ ਦੇਖੋ ਜੀ, ਉਹਦਾ ਪ੍ਰਸ਼ਾਸਨ ਹੈ ਜੀ, ਪ੍ਰਸ਼ਾਸਨ ਤਾਂ ਕਹਿੰਦਾ ਸਰਕਾਰ ਤਾਂ ਸਰਕਾਰ ਹੀ ਹੈ ਜੀ, ਜੋ ਮਰਜ਼ੀ ਚਾਹੇ ਜੋ ਮਰਜ਼ੀ ਕਰ ਸਕਦੀ ਹੈ, ਪਰ ਅਸੀਂ ਅੱਜ ਐਤਕੀ ਜਿਹੜਾ ਹੈ, ਚਾਹੇ ਕੋਈ ਸਮਾਜਿਕ ਸੰਸਥਾਵਾਂ ਹੋਣ, ਚਾਹੇ ਰਾਜਨੀਤਿਕ ਸੰਸਥਾਵਾਂ ਹੋਣ, ਚਾਹੇ ਵਪਾਰਕ ਹੋਣ, ਅੱਜ ਐਤਕੀ ਇਹਨਾਂ ਨੇ ਪੂਰਾ ਸੋਚ ਲਿਆ, ਕਿਉਂਕਿ ਜੇ ਨਹੀਂ ਕਰਾਂਗੇ ਤਾਂ ਉਹ ਅਸੀਂ ਘਰੇ ਬੈਠੇ ਰਹਾਂਗੇ। ਫਿਰ ਤਾਂ ਜੇ ਅੱਜ ਦੁਕਾਨ ਦਾ ਕਿਸੇ ਨੂੰ ਕਿਰਾਇਆ ਨਹੀਂ ਭਰਿਆ ਜਾਂਦਾ ਤਾਂ ਗਰੀਬ ਮਾਰ ਤਾਂ ਉਹ ਹੀ ਹੋਈ ਜਾਂਦੀ ਹੈ, ਉਹ ਬੰਦ ਕਰਕੇ ਭੱਜੂਗਾ, ਫਿਰ ਇੱਥੇ ਚੰਗਾ ਪਹਿਲੀ ਉਦੋਂ ਲੜ ਕੇ ਮਾਰ।